ਇਹ ਤਸਵੀਰਾਂ ਜਿਹੜੀਆਂ ਨੇ ਕੌਮੀ ਸੰਘਰਸ਼ ਮੋਰਚੇ ਦੀਆਂ ਨੇ। ਪੁਲਿਸ ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਇਸ ਚੀਜ਼ ਨੂੰ ਵੇਖ ਰਿਹਾ ਹੈ ਕਿ ਚੰਡੀਗੜ੍ਹ ਦੇ ਵੱਲ ਨਾ ਵਧਣ ਦਿੱਤਾ ਜਾਵੇ। ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ, ਇੱਧਰ ਬੀਬੀਆਂ ਦੇ ਵੱਲੋਂ ਪ੍ਰਸ਼ਾਦਾ ਵੀ ਬਣਾਇਆ ਜਾ ਰਿਹਾ ਹੈ। ਇਹ ਪੰਜਾਬ ਦਾ ਸਿੰਘੂ ਬਾਰਡਰ ਹੈ, ਇਹਨੂੰ ਪੰਜਾਬ ਦੇ ਸਿੰਘੂ ਬਾਰਡਰ ਦਾ ਨਾਮ ਦੇ ਸਕਦੇ ਹੋ ਕਿ ਉਹ ਬਾਰਡਰ ਹੈ ਜਿੱਥੋਂ ਹੁਣ ਕਿਸਾਨ ਜਥੇਬੰਦੀਆਂ ਪਹਿਲਾਂ ਸਿੰਘੂ ਬਾਰਡਰ ਤੋਂ ਅੱਗੇ ਜਾਣ ਦੀਆਂ ਗੱਲ ਕਰਦੀ, ਇੱਥੋਂ ਸਿੱਖ ਜਥੇਬੰਦੀਆਂ ਅੱਗੇ ਜਾਣ ਦੀ ਗੱਲ ਕਰਦੀਆਂ ਨੇ। ਇਸ ਮੋਰਚੇ ਦੀ ਕੋਈ ਡੇਟ ਨਹੀਂ ਹੈ ਕਿ ਕਦੋਂ ਤੱਕ ਇਹ ਮੋਰਚਾ ਚੱਲੇਗਾ, ਕਿਸੇ ਫਿਕਸ ਤਰੀਕ ਦੇ ਤਹਿਤ ਇਹ ਮੋਰਚਾ ਨਹੀਂ ਲੱਗਿਆ, ਇਹ ਮੋਰਚਾ ਅਣਮਿੱਥੇ ਸਮੇਂ ਦੇ ਲਈ ਹੈ। ਕੌਮੀ ਸੰਘਰਸ਼ ਮੋਰਚਾ ਲੱਗ ਚੁੱਕਿਆ ਹੈ, ਚੰਡੀਗੜ੍ਹ ਅਤੇ ਪੰਜਾਬ ਦੀ ਸਰਹੱਦ ਦੇ ਉੱਤੇ ਆ। ਹਾਲਾਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਇਹ ਸ਼ਹਿਰ ਚੰਡੀਗੜ੍ਹ, ਪਰ ਅੱਜ ਪੰਜਾਬ ਦੇ ਲਈ ਹੀ ਇਹ ਸ਼ਹਿਰ ਅੱਜ ਇੱਕ ਬਾਰਡਰ ਨੁਮਾ ਰੂਪ ਧਾਰਨ ਕਰ ਚੁੱਕਿਆ ਹੈ। ਕੁੰਡਲੀ ਬਾਰਡਰ ਜੇ ਕਿਸੇ ਨੇ ਦੇਖਿਆ ਹੋਵੇ ਜਾਂ ਸਿੰਘੂ ਬਾਰਡਰ ਦੀਆਂ ਤਸਵੀਰਾਂ ਆਪਾਂ ਵੇਖੀਆਂ ਹੋਣ, ਉਹ ਇਸੇ ਤਰ੍ਹਾਂ ਦੀਆਂ ਤਸਵੀਰਾਂ ਸੀ। ਇੱਕ ਸਾਈਡ 'ਤੇ ਪੁਲਿਸ ਪ੍ਰਸ਼ਾਸਨ ਹੁੰਦਾ ਸੀ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਸਟੇਜਾਂ ਲੱਗਦੀਆਂ ਸੀ, ਅਤੇ ਉਸੇ ਤਰ੍ਹਾਂ ਦੀਆਂ ਤਸਵੀਰਾਂ ਹੂ ਬਹੂ ਤੁਹਾਨੂੰ ਇੱਥੋਂ ਵਿਖਾਵਾਂਗੇ। ਕਿਸਾਨਾਂ ਦੇ ਮੋਰਚੇ ਦੇ ਵਿੱਚ ਵੀ ਪ੍ਰਸ਼ਾਸਨ ਮੋਰਚਾ ਸਾਂਭਦਾ ਹੈ ਅਤੇ ਇੱਥੇ ਵੀ ਪ੍ਰਸ਼ਾਸਨ ਦੇ ਵੱਲੋਂ ਮੋਰਚਾ ਸਾਂਭਿਆ ਗਿਆ। ਤਸਵੀਰਾਂ ਵਿਖਾਵਾਂਗੇ ਜੋ ਬੈਰੀਗੇਟਿੰਗ ਦੀਆਂ ਤਸਵੀਰਾਂ ਨੇ, ਇਹਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਣ ਲਈ, ਸਿੱਖ ਜਥੇਬੰਦੀਆਂ ਨੂੰ ਰੋਕਣ ਲਈ, ਤਾਂ ਜੋ ਸਿੱਖ ਜਥੇਬੰਦੀਆਂ ਚੰਡੀਗੜ੍ਹ ਵੱਲ ਕੂਚ ਨਾ ਕਰ ਸਕਣ। ਇਹਨਾਂ ਦਾ ਐਲਾਨ ਸੀ ਕਿ ਗਵਰਨਰ ਹਾਊਸ ਜਾਂ ਸੀਐਮ ਹਾਊਸ ਦੇ ਵੱਲ ਅਸੀਂ ਕੂਚ ਕਰਾਂਗੇ, ਪਰ ਉੱਧਰ ਨਾ ਜਾਣ ਦੇਣ ਦੇ ਲਈ ਉਹਨਾਂ ਦੇ ਲਈ ਇੱਕ ਬੈਰੀਗੇਟਿੰਗ ਕੀਤੀ ਗਈ ਆ। ਤੁਹਾਨੂੰ ਵਿਖਾਵਾਂਗੇ ਕਿ ਹਰ ਤਰ੍ਹਾਂ ਦੇ ਪ੍ਰਬੰਧ ਜੋ ਪੁਲਿਸ ਪ੍ਰਸ਼ਾਸਨ ਨੇ ਕੀਤੇ ਨੇ, ਇਹ ਤਸਵੀਰਾਂ ਤੁਹਾਨੂੰ ਵਿਖਾਵਾਂਗੇ। ਬੈਰੀਗੇਟਿੰਗ ਦੀਆਂ ਤਸਵੀਰਾਂ ਨੇ, ਥੱਲਿਓਂ ਇੱਕ ਗੰਦਾ ਨਾਲਾ ਵਗਦਾ ਹੈ, ਉਸੇ ਨਾਲੇ ਦੇ ਬਰਾਬਰ ਇਹ ਬੈਰੀਗੇਟਿੰਗ ਕਰ ਦਿੱਤੀ ਗਈ ਆ। ਇਸ ਬੈਰੀਗੇਟਿੰਗ ਦੀਆਂ ਤਸਵੀਰਾਂ ਵਿਖਾਉਂਦੇ ਹਾਂ ਕਿ ਚਾਰ ਪੜਾਅ ਦੇ ਵਿੱਚ ਇਹ ਬੈਰੀਗੇਟਿੰਗ ਕੀਤੀ ਗਈ ਹੈ। 1, 2, 3, 4 ਪੜਾਅ ਦੇ ਵਿੱਚ ਤਾਂ ਬੈਰੀਗੇਟਿੰਗ ਹੈ, ਅਤੇ ਉਸ ਤੋਂ ਪਿੱਛੇ ਜੋ ਵਜਰਾ ਵਾਹਨ ਹੁੰਦਾ ਹੈ ਜਿਸ ਦੇ ਨਾਲ ਪਾਣੀ ਦੀ ਵਿਛਾੜ ਕੀਤੀ ਜਾਂਦੀ ਆ, ਉਹਨਾਂ ਵਾਹਨਾਂ ਦੀ ਵੀ ਭਰਮਾਰ ਲਾ ਦਿੱਤੀ ਗਈ ਹੈ। ਤਕਰੀਬਨ 3 ਦੇ ਰਾਊਂਡ ਜਿਹੜੇ ਨੇ ਇੱਥੇ ਗੱਡੀਆਂ ਖੜੀਆਂ ਨੇ ਜਿਨ੍ਹਾਂ ਦੇ ਜ਼ਰੀਏ ਪਾਣੀ ਦੀਆਂ ਵਿਛਾੜਾਂ ਹੁੰਦੀਆਂ ਨੇ, ਅਤੇ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਦੂਜੇ ਪਾਸੇ ਵੀ 3 ਦੇ ਕਰੀਬ ਇਸੇ ਤਰ੍ਹਾਂ ਜਿਹੜੀਆਂ ਗੱਡੀਆਂ ਖੜੀਆਂ ਨੇ। ਇਹ ਤਸਵੀਰਾਂ ਜਿਹੜੀਆਂ ਨੇ ਕੌਮੀ ਸੰਘਰਸ਼ ਮੋਰਚੇ ਦੀਆਂ ਨੇ। ਪੁਲਿਸ ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਇਸ ਚੀਜ਼ ਨੂੰ ਵੇਖ ਰਿਹਾ ਹੈ ਕਿ ਚੰਡੀਗੜ੍ਹ ਦੇ ਵੱਲ ਨਾ ਵਧਣ ਦਿੱਤਾ ਜਾਵੇ, ਕਿਉਂਕਿ ਕੱਲ੍ਹ ਹੀ ਇਹ ਪੋਸਟਰ ਜਦੋਂ ਇੱਥੋਂ ਮੋਰਚਾ ਲੱਗਦਾ ਹੈ ਤਾਂ ਇਹ ਪੋਸਟਰ ਲਾ ਦਿੱਤਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ। ਸੋ ਇਹ ਤਸਵੀਰਾਂ, ਇਸ ਸਾਈਡ ਇਹ ਟਰਾਲੀ ਖੜ੍ਹੀ ਹੈ, ਇਹ ਵੱਡੀ ਟਰਾਲੀ ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਹੈ ਜਿਸ ਨੂੰ ਤਿਆਰ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੇ ਵਿੱਚ ਵੀ ਇਹ ਟਰਾਲੀ ਵੇਖਣ ਨੂੰ ਮਿਲੀ ਸੀ, ਅਤੇ ਇੱਥੇ ਵੀ ਇਹ ਟਰਾਲੀ ਨੂੰ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਸਟੇਜ ਬਣਾ ਲਿਆ ਗਿਆ। ਇਹ ਟਰਾਲੀ ਦੇ ਉੱਤੇ ਕੌਮੀ ਸੰਘਰਸ਼ ਮੋਰਚੇ ਦੀ ਸਟੇਜ ਚੱਲਦੀ ਆ। ਇਹ ਟਰਾਲੀ ਹੁਣ ਪੱਕੇ ਤੌਰ ਦੇ ਉੱਤੇ ਇੱਥੇ ਖੜਾ ਦਿੱਤੀ ਗਈ ਹੈ। ਹਰ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਗਏ ਨੇ, ਚਾਹੇ ਉਹ ਲੰਗਰ ਦਾ ਪ੍ਰਬੰਧ ਹੋਵੇ, ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਕਿ ਹਰ ਪ੍ਰਬੰਧ ਹਰ ਚੀਜ਼ ਦੇ ਨਾਲ ਲੈਸ ਹੋ ਕੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ, ਜਦੋਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਹੁੰਦੀਆਂ ਨੇ, ਸੋ ਇਹ ਪੰਜਾਬ ਦੇ ਲੋਕਾਂ ਦੀਆਂ ਤਸਵੀਰਾਂ ਨੇ ਕਿ ਪੰਜਾਬ ਦੇ ਲੋਕ ਹੁਣ ਧਰਨੇ ਮੋਰਚੇ ਲਾਉਣ ਤੋਂ ਬੜਾ ਪਿੱਛੇ ਨਹੀਂ ਹਟਦੇ। ਹਰ ਤਰ੍ਹਾਂ ਦਾ ਪ੍ਰਬੰਧ ਇਹਨਾਂ ਦੇ ਕੋਲ ਹੈ, ਕਾਰ ਸੇਵਾ ਵਾਲਿਆਂ ਦੇ ਵੱਲੋਂ ਹਰ ਤਰ੍ਹਾਂ ਦੀ ਇਹਨਾਂ ਨੂੰ ਜਿਹੜੀ ਆ ਫੈਸਿਲਿਟੀ ਦਿੱਤੀ ਜਾ ਰਹੀ ਹੈ, ਬੇਸ਼ੱਕ ਲੰਗਰ ਬਣਾਉਣ ਦੇ ਲਈ, ਪਕਾਉਣ ਦੇ ਲਈ, ਭਾਂਡੇ ਧੋਣ ਦੇ ਲਈ, ਇਹਨਾਂ ਦੇ ਰਹਿਣ ਦੇ ਲਈ, ਹਰ ਤਰ੍ਹਾਂ ਦਾ ਪ੍ਰਬੰਧ। ਤਸਵੀਰਾਂ ਵਿਖਾਵਾਂਗੇ ਕਿ ਇਹ ਤਸਵੀਰਾਂ ਨੇ, ਲੰਗਰ ਤਿਆਰ ਕੀਤਾ ਜਾ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ, ਸੰਗਤ ਇੱਥੇ ਲੰਗਰ ਛਕ ਵੀ ਰਹੀ ਹੈ, ਪੁਲਿਸ ਪ੍ਰਸ਼ਾਸਨ ਵੀ ਇੱਥੇ ਛਕਦਾ ਹੋਏਗਾ ਪ੍ਰਸ਼ਾਦਾ। ਤਸਵੀਰਾਂ ਜਿਹੜੀਆਂ ਇਹ ਇਸ ਮੋਰਚੇ ਦੀਆਂ ਨੇ, ਕੌਮੀ ਸੰਘਰਸ਼ ਮੋਰਚੇ ਦੇ ਸਟੇਜ ਦੇ ਪਿੱਛੇ ਦਾ ਰੂਪ ਹੈ।
ਇਸ ਰੂਪ ਨੂੰ ਤੁਸੀਂ ਬੜੇ ਧਿਆਨ ਨਾਲ ਵੇਖੋ ਕਿ ਇਸ ਦੇ ਵਿੱਚ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਸੇਵਾ ਕਰ ਰਿਹਾ, ਜਿਸ ਨੂੰ ਜਿਸ ਤਰ੍ਹਾਂ ਦੀ ਸੇਵਾ ਮਿਲ ਰਹੀ ਹੈ ਇਸ ਕਿਸਾਨੀ ਮੋਰਚੇ ਦੇ ਤਰਜ਼ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੈ, ਇਸ ਮੋਰਚੇ ਦੇ ਵਿੱਚ ਉਸੇ ਤਰਜ਼ ਦੇ ਉੱਤੇ ਕੰਮ ਕੀਤਾ ਜਾ ਰਿਹਾ। ਪਾਣੀ ਦੀਆਂ ਬੋਟਲਾਂ ਇੱਥੇ ਆ ਚੁੱਕੀਆਂ ਨੇ ਕਿ ਹਰ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਪਾਣੀ ਦੀਆਂ ਬੋਟਲਾਂ ਇੱਥੇ ਆਈਆਂ ਨੇ ਅਤੇ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ। ਇੱਧਰ ਬੀਬੀਆਂ ਦੇ ਵੱਲੋਂ ਪ੍ਰਸ਼ਾਦਾ ਵੀ ਬਣਾਇਆ ਜਾ ਰਿਹਾ, ਨੌਜਵਾਨ ਇਸ ਸੇਵਾ ਦੇ ਵਿੱਚ ਆ ਰਹੇ ਨੇ, ਨੌਜਵਾਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਇਹ ਸਾਰੀਆਂ ਤਸਵੀਰਾਂ ਚੰਡੀਗੜ੍ਹ ਦੇ ਬਾਰਡਰ ਦੀਆਂ ਨੇ। ਕਦੇ ਦਿੱਲੀ ਨੂੰ ਬਾਰਡਰ ਦੇ ਰੂਪ ਦੇ ਵਿੱਚ ਬਣਾਇਆ ਗਿਆ ਪੰਜਾਬ ਦੇ ਲਈ, ਅਤੇ ਅੱਜ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ, ਉਹੀ ਅੱਜ ਪੰਜਾਬ ਦੇ ਲਈ ਇੱਕ ਬਾਰਡਰ ਬਣ ਗਿਆ ਹੈ। ਸੋ ਇਸੇ ਬਾਰਡਰ ਦੇ ਉੱਤੋਂ ਹੁਣ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਦੇ ਲਈ ਜਿਹੜਾ ਇਹ ਮੋਰਚਾ ਉਲੀਕਿਆ ਗਿਆ। ਇਸ ਮੋਰਚੇ ਦੀਆਂ ਚਾਰ ਮੰਗਾਂ ਨੇ, ਜਿਨ੍ਹਾਂ ਦੇ ਵਿੱਚ ਬੇਅਦਬੀ ਨੂੰ ਲੈ ਕੇ ਇਨਸਾਫ਼ ਦੀ ਗੱਲ ਉੱਠਦੀ ਹੈ, ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉੱਠਦੀ ਹੈ, ਅਤੇ ਇਸ ਦੇ ਨਾਲ ਹੀ ਵੱਖੋ ਵੱਖਰੀਆਂ ਜਿਹੜੀਆਂ ਮੰਗਾਂ, ਬੇਸ਼ੱਕ ਉਹ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ, ਬੰਦੀ ਸਿੰਘਾਂ ਦੀ ਰਿਹਾਈ ਹੋ ਗਈ, ਜੋ ਪੰਜਾਬ ਦੀਆਂ ਮੰਗਾਂ ਨੇ, ਬੇਸਿਕਲੀ ਸਿੱਖ ਕੌਮ ਦੀਆਂ ਮੰਗਾਂ ਨੇ। ਧਾਰਾ ਜਿਹੜੀ 295 ਏ ਆ, ਉਸ ਦੇ ਵਿੱਚ ਬਦਲਾਅ ਕੀਤਾ ਜਾਵੇ, ਉਸਨੂੰ ਸਖ਼ਤ ਕੀਤਾ ਜਾਵੇ ਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ਼ ਫਾਂਸੀ ਦੀ ਸਜ਼ਾ ਦੀ ਮੰਗ ਹੈ, ਕਿ 295 ਏ ਹੈ ਜੋ ਉਹ ਬਹੁਤ ਕਮਜ਼ੋਰ ਧਾਰਾ ਦੱਸੀ ਜਾਂਦੀ ਹੈ, ਉਸ ਧਾਰਾ ਨੂੰ ਸਟਰੋਂਗ ਕੀਤਾ ਜਾਵੇ, ਉਸ ਧਾਰਾ ਦੇ ਤਹਿਤ ਹੋਣ ਵਾਲੀਆਂ ਸਜ਼ਾਵਾਂ ਥੋੜ੍ਹੀਆਂ ਖਤਰਨਾਕ ਹੋਣ, ਤਾਂ ਜੋ ਬੇਅਦਬੀ ਕਰਨ ਤੋਂ ਪਹਿਲਾਂ ਹਰ ਕੋਈ ਉਸ ਦੇ ਬਾਰੇ ਸੋਚਣ ਤੋਂ ਵੀ ਕਤਰਾਵੇ ਕਿ ਸਾਡੇ ਦੇਸ਼ ਦੇ ਵਿੱਚ ਇਸ ਕਾਨੂੰਨ ਦੇ ਤਹਿਤ ਜਿਹੜੀ ਸਜ਼ਾ ਬਹੁਤ ਮਾੜੀ ਹੈ। ਸੋ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਨੇ, ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ। ਇਹ ਪੰਜਾਬ ਦਾ ਸਿੰਘੂ ਬਾਰਡਰ ਹੈ, ਇਹਨੂੰ ਪੰਜਾਬ ਦੇ ਸਿੰਘੂ ਬਾਰਡਰ ਦਾ ਨਾਮ ਦੇ ਸਕਦੇ ਹੋ, ਕਿ ਇਹ ਬਾਰਡਰ ਹੈ ਜਿੱਥੋਂ ਹੁਣ ਕਿਸਾਨ ਜਥੇਬੰਦੀਆਂ ਪਹਿਲਾਂ ਸਿੰਘੂ ਬਾਰਡਰ ਤੋਂ ਅੱਗੇ ਜਾਣ ਦੀਆਂ ਗੱਲ ਕਰਦੀ, ਇੱਥੋਂ ਸਿੱਖ ਜਥੇਬੰਦੀਆਂ ਅੱਗੇ ਜਾਣ ਦੀ ਗੱਲ ਕਰਦੀਆਂ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਨਹੀਂ ਜਾਣ ਦਿੱਤਾ ਜਾ ਰਿਹਾ, ਅਤੇ ਪੱਕਾ ਮੋਰਚਾ ਇੱਥੇ ਲੱਗਿਆ ਹੈ, ਅਤੇ ਇਸ ਮੋਰਚੇ ਦੀ ਕੋਈ ਡੇਟ ਨਹੀਂ ਹੈ ਕਿ ਕਦੋਂ ਤੱਕ ਇਹ ਮੋਰਚਾ ਚੱਲੇਗਾ, ਕਿਸੇ ਫਿਕਸ ਤਰੀਕ ਦੇ ਤਹਿਤ ਇਹ ਮੋਰਚਾ ਨਹੀਂ ਲੱਗਿਆ, ਇਹ ਮੋਰਚਾ ਅਣਮਿੱਥੇ ਸਮੇਂ ਦੇ ਲਈ ਹੈ। ਸੋ ਇਹ ਮੋਰਚਾ ਕਦੋਂ ਤੱਕ ਚੱਲਦਾ ਹੈ, ਕਦੋਂ ਤੱਕ ਪੰਜਾਬ ਸਰਕਾਰ ਇਸ ਦੇ ਉੱਤੇ ਕੋਈ ਕਾਰਵਾਈ ਕਰਦੀ ਹੈ, ਕਿਉਂਕਿ ਮੰਗਾਂ ਜ਼ਿਆਦਾਤਰ ਪੰਜਾਬ ਸਰਕਾਰ ਦੇ ਇਰਦ ਗਿਰਦ ਘੁੰਮਦੀਆਂ ਨੇ, ਪੰਜਾਬ ਸਰਕਾਰ ਨੂੰ ਉਹ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ, ਨਹੀਂ ਤਾਂ ਇਹ ਮੋਰਚਾ ਇਸੇ ਤਰ੍ਹਾਂ ਚੰਡੀਗੜ੍ਹ ਦੀ ਇਸ ਸਰਹੱਦ ਦਾ ਸ਼ਾਨ ਕਹਿ ਦਾਂਗੇ ਬਣ ਕੇ ਰਹਿ ਜਾਏਗੀ, ਕਿ ਇਸੇ ਤਰ੍ਹਾਂ ਇੱਥੇ ਪੱਕਾ ਮੋਰਚਾ ਚੱਲਦਾ ਪੰਜਾਬ ਦੀ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਸਕਦਾ ਹੈ। ਸੋ ਫਿਲਹਾਲ ਦੇ ਲਈ ਇਜਾਜ਼ਤ ਲੈਂਦੇ ਹਾਂ, ਅਤੇ ਅਗਲੀ ਖਬਰ ਦੇ ਨਾਲ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਧੰਨਵਾਦ।